ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤਾਜ਼ਾ ਨਿਕਲ ਕੇ ਸਾਹਮਣੇ ਆਈ ਹੈ ਹੁਣੇ-ਹੁਣੇ ਸਿੰਘੂ ਬਾਡਰ ਤੋਂ ਆਈ ਵੱਡੀ ਖਬਰ ਲੱਗੀ ਭਿਆਨਕ ਅੱਗ ਮੱਚੀ ਹਹਾਕਾਰ ਤਾਂ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਵੱਡੀ ਘਟਨਾ ਦੀ ਜਤ ਤੁਹਾਨੂੰ ਜਾਣਕਾਰੀ ਪ੍ਰਾਪਤ ਹੋ ਸਕੇ ਨਾਲ ਹੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੁਣ ਸਿੰਘੂ ਬਾਡਰ ਤੋਂ ਇੱਕ ਵੱਡੀ ਖਬਰ ਸਾਹਮਣੇ ਜਿੱਥੇ ਲੱਗੀ ਅਣਕ ਅੱਗ ਜਿਸ ਦੇ ਕਾਰਨ ਹਹਾਕਾਰ ਮੱਚੀ ਅਤੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਸਿੰਘੂ ਬਾਰਡਰ ਦੇ ਉੱਤੇ ਕਿਸਾਨਾਂ ਦੇ ਲਗਾਏ ਗਏ ਮੋਰਚੇ ਦੇ ਦੌਰਾਨ ਕਿਸਾਨਾਂ ਦੇ ਤੰਬੂਆਂ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਅਤੇ ਇਹ ਘਟਨਾ ਰਜ਼ੋਈ ਟਾਬੇਰੇ ਕੋਲ ਕਿਸਾਨਾਂ ਦੇ ਬਣਾਏ ਗਏ ਤੰਬੂਆਂ ਦੇ ਵਿੱਚ ਵਾਪਰੀ ਅਤੇ ਇਸ ਘਟਨਾ ਦੀ ਜਾਣਕਾਰੀ ਦੰਦਿਆ ਹੋਇਆ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਸਰਕਾਰ ਦੇ ਉੱਪਰ ਇਸ ਘਟਨਾ ਦਾ ਦੋਸ਼ ਲਗਾਇਆ ਗਿਆ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਇੱਕ ਬੰਦਾ ਕਿਸਾਨਾਂ ਦੇ ਲੱਗੇ ਹੋਏ ਤੰਬੂਆਂ ਨੂੰ ਤੀਲੀ ਨਾਲ ਅੱਗ ਲਾਉਂਦਾ ਹੋਇਆ ਵੇਖਿਆ ਗਿਆ ਤੇ ਜਿਸ ਵੱਲੋਂ ਤਿੰਨ ਜਗ੍ਹਾ ਦੇ ਉੱਪਰ ਅੱਗ ਲਗਾਈ ਗਈ ਹੈ ਤੇ ਦੱਸਣ ਮੁਤਾਬਕ ਉਸ ਵਿਅਕਤੀ ਦੇ ਤਿਲਕ ਲਗਾਇਆ ਹੋਇਆ ਸੀ ਤੇ ਜਿਸ ਵੱਲੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਦੋਸ਼ ਲਾਏ ਹਨ ਕਿ ਇਹ ਸਰਕਾਰ ਦੀ ਚਾਲ ਹੈ ਤੇ ਕਿਸਾਨ ਮੋਰਚੇ ਦੇ 14 ਅਪ੍ਰੈਲ ਵਾਲੇ ਪ੍ਰੋਗਰਾਮ ਤੋਂ ਕੁਭਰਾ ਕੇ ਜਾਣਬੁੱਝ ਕੇ ਅੱਗ ਲਾਈ ਗਈ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਨੌਜਵਾਨਾਂ ਵੱਲੋਂ ਹਮਤ ਕਰਕੇ ਇਸ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਕਿਉਂਕਿ ਉਸ ਜਗ੍ਹਾ ਦੇ ਉੱਪਰ ਕੋਈ ਵੀ ਅੱਗ ਉਜੇ ਅਨਵਾਰੀ ਗੱਡੀ ਮੌਜੂਦ ਨਹੀਂ ਸੀ ਤੇ ਉਹਨਾਂ ਨੇ ਦੱਸਿਆ ਹੈ ਕਿ ਜਦੋਂ ਇੱਕ ਪਾਸੇ ਅੱਗ ਲੱਗੀ ਵੇਖ ਭੱਜੇ ਤਾਂ ਉਸ ਸਮੇਂ ਹੀ ਦੂਜੇ ਪਾਸੇ ਵੀ ਅੱਗ ਲੱਗੇਗੀ ਤੇ ਉਹਨਾਂ ਨੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਜਾਣਬੁੱਝ ਕੇ ਇਹ ਸਭ ਕਰ ਰਿਹਾ ਹੈ ਕਿਉਂਕਿ ਅੱਗ ਬੁਝਾਉਣ ਲਈ ਕੋਈ ਵੀ ਗੱਡੀ ਨਹੀਂ ਆਈ ਤੇ ਇਸ ਘਟਨਾ ਦੀ ਕਿਸਾਨਾਂ ਅੱਗ ਦੇ ਬਲੋਂ ਨਖੇਦੀ ਕੀਤੀ ਗਈ ਹੈ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਅੱਗ ਦੇ ਨਾਲ ਕਿਸਾਨਾਂ ਦਾ ਸਮਾਨ ਸਾਰਾ ਛੜ ਕੇ ਸੁਆਹ ਹੋ ਚੁੱਕਿਆ ਹੈ